ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੰਗਲੈਂਡ ਦੇ ਵਿੱਚ ਦੋ ਭੈਣ ਭਰਾਵਾਂ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਠੱਗੀ ਮਾਮਲੇ ਦੇ ਵਿੱਚ, ਤਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਇੰਗਲੈਂਡ ਤੋਂ ਰਾਜਵਿੰਦਰ ਕੌਰ ਅਤੇ ਕੁਲਦੀਪ ਸਿੰਘ ਦੋ ਭੈਣ ਭਰਾ ਨੇ, ਔਰ ਇਹਨਾਂ 'ਤੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਆਪਣੇ ਨਿੱਜੀ ਮਫਾਦਾਂ ਦੇ ਲਈ ਸੰਸਥਾ ਦੇ ਪੈਸਿਆਂ ਨੂੰ ਆਪਣੇ ਖਾਤਿਆਂ ਦੇ ਵਿੱਚ ਪਾਇਆ ਔਰ ਆਪਣੇ ਕਰਜ਼ੇ ਨੂੰ ਉਤਾਰਨ ਦੇ ਲਈ ਉਸ ਪੈਸਿਆਂ ਦੀ ਵਰਤੋਂ ਕੀਤੀ ਹੈ। ਕਰਜ਼ੇ ਦੇ ਬੋਝ ਹੇਠ ਦੱਬੀ ਸਿੱਖ ਯੂਥ UK ਸੰਸਥਾ ਦੇ ਮਾਲਕ ਲੋਕਾਂ ਨੇ ਜਿਹੜਾ ਦਾਨ ਕੀਤਾ ਪੈਸਾ ਸੀ, ਉਹਨਾਂ ਨੇ ਆਪਣੇ ਲਈ ਵਰਤਿਆ। 55 ਸਾਲਾਂ ਦੀ ਰਾਜਵਿੰਦਰ ਕੌਰ, ਜੋ ਕਿ ਸਿੱਖ UK ਦਾ ਕੰਮਕਾਜ ਚਲਾਉਂਦੀ ਸੀ, ਜਿਸ ਦਾ ਉਦੇਸ਼ ਔਖੇ ਵੇਲੇ 'ਚ ਸਿੱਖ ਨੌਜਵਾਨਾਂ ਦੀ ਮਦਦ ਕਰਨਾ ਸੀ, ਉਹਨਾਂ ਨਾਲ ਕਿਸੇ ਧੱਕੇਸ਼ਾਹੀ ਅਤੇ ਨਸ਼ਿਆਂ ਬਾਰੇ ਜਾਗਰੂਕਤਾ ਫੈਲਾਉਣਾ ਸੀਗਾ। ਪਰ ਇਸ ਸਾਬਕਾ ਬੈਂਕ ਮੁਲਾਜ਼ਮ ਨੇ ਸੰਸਥਾ ਨੂੰ ਦਾਨ 'ਚ ਮਿਲੇ ਲਗਭਗ £50,000 ਦੀ ਰਕਮ ਆਪਣੇ ਖਾਤੇ 'ਚ ਜਮ੍ਹਾਂ ਕਰਾਈ ਆਪਣੇ ਨਿੱਜੀ ਕਰਜ਼ੇ ਅਦਾ ਕਰਨ ਲਈ, ਔਰ ਉਸਨੇ ਇਹ ਰਕਮ ਆਪਣੇ ਰਿਸ਼ਤੇਦਾਰਾਂ ਸਮੇਤ ਹੋਰਨਾਂ ਨੂੰ ਭੇਜੀ। ਬਰਮਿੰਗਮ ਕ੍ਰਾਊਨ ਕੋਰਟ ਨੇ ਸੋਮਵਾਰ 16 ਸਤੰਬਰ ਉਸ ਨੂੰ ਚੋਰੀ ਦੇ 6 ਦੋਸ਼ਾਂ ਅਤੇ ਚੈਰਿਟੀ ਕਮਿਸ਼ਨ ਨੂੰ ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਕੇ ਆਪਣੀ ਚੋਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਜਿਹੜਾ ਠਹਿਰਾਇਆ। ਉਸਦਾ ਭਰਾ ਕੁਲਦੀਪ ਸਿੰਘ ਲਹਿਲ ਚੈਰਿਟੀ ਕਮਿਸ਼ਨ ਨੂੰ ਜਾਣ ਬੁੱਝ ਕੇ ਜਾਂ ਲਾਪਰਵਾਹੀ ਨਾਲ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਦਾ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਦੋਵੇਂ ਹੈਮਸਟੇਡ ਰੋਡ 'ਤੇ ਰਹਿੰਦੇ ਸਨ, ਔਰ ਸਿੱਖ ਯੂਥ UK ਦੀ ਸੰਸਥਾਪਨਾ ਜਿਹੜੀ ਹੈ ਉਹ 2016 'ਚ ਕੀਤੀ ਗਈ ਸੀ। 2018 'ਚ ਇੱਕ ਸਪੌਂਸਰ ਵਿੰਟਰ ਸਲੀਪ ਆਊਟ ਅਤੇ ਇੱਕ ਫੁੱਟਬਾਲ ਟੂਰਨਾਮੈਂਟ ਸਮੇਤ ਫੰਡ ਇਕੱਠਾ ਕਰਨ ਦੇ ਸਮਾਗਮਾਂ ਤੋਂ ਦਾਨ ਪ੍ਰਾਪਤ ਹੋਇਆ ਸੀਗਾ, ਔਰ 50 ਤੋਂ ਵੱਧ ਨਿੱਜੀ ਬੈਂਕ ਖਾਤੇ ਸਨ। ਇਸ ਨਾਲ ਚੋਰੀ ਕੀਤੀ ਗਈ ਹੈ, ਪੈਸੇ ਦੇ ਪ੍ਰਵਾਹ ਦਾ ਪਤਾ ਲਗਾਉਣ ਜਿੰਨਾ ਸੰਭਵ ਹੋ ਸਕੇ ਮੁਸ਼ਕਲ ਹੋ ਗਿਆ ਸੀ। ਪਰ 2016 'ਚ ਜਿਹੜੀ ਕਮਿਸ਼ਨ ਨੂੰ ਇੱਕ ਅਰਜ਼ੀ ਵੀ ਦਿੱਤੀ ਗਈ ਸੀ, ਤਾਂ ਹੁਣ ਇਹਨਾਂ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਔਰ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਵੇਗੀ। ਸਜ਼ਾ ਕੀ ਹੋਵੇਗੀ, ਕਿਸ ਕੀ ਇਹਨਾਂ ਨੂੰ ਕੈਦ ਕੀਤੀ ਜਾਵੇਗੀ, ਇਹਨਾਂ ਨੂੰ ਜੁਰਮਾਨਾ ਲੱਗੇਗਾ, ਜਾਂ ਫਿਰ ਇਹਨਾਂ 'ਤੇ ਇਹ ਜੋ ਇਲਜ਼ਾਮ ਲੱਗੇ ਨੇ ਪੈਸੇ ਠੱਗਣ ਦੇ, ਤਾਂ ਕੀ ਉਹਨਾਂ ਦੇ ਪੈਸੇ ਵਾਪਸ ਇਹ ਕਰਨਗੇ, ਤਾਂ ਇਹ ਜਿਹੜੀ ਹੈ ਸਜ਼ਾ ਵੇਖਣ ਵਾਲੀ ਹੋਵੇਗੀ। ਪਰ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਲਗਾਤਾਰ ਦੁਨੀਆ ਦੇ ਵਿੱਚ ਤਮਾਮ ਸੰਸਥਾਵਾਂ ਨੇ ਜੋ ਲੋਕਾਂ ਦੀ ਮਦਦ ਕਰਦੀ ਆ, ਪਰ ਕੁਝ ਅਜਿਹੇ ਲੋਕ ਵੀ ਨੇ ਜੋ ਸੰਸਥਾ ਦੇ ਨਾਮ 'ਤੇ ਲੋਕਾਂ ਨੂੰ ਠੱਗਦੇ ਨੇ, ਜਿਸ ਕਰਕੇ ਦੁਨੀਆ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਡਦਾ ਆ। ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।